ਖਾਲਸਾ ਜੀ, ਕੱਲ ਦਾ ਜੋ ਕਾਲਾ ਵਰਤਿਆ ਹੈ ਇਹ ਸਿੱਖ ਇਤਿਹਾਸ ਦੇ ਵਿੱਚ ਇੱਕ ਬੜਾ ਮਹੱਤਵਪੂਰਨ ਵਾਕ ਹੈ। ਇਸ ਨਾਲ ਜਿੱਥੇ ਸਾਨੂੰ ਏਡਾ ਵੱਡਾ ਘਾਟਾ ਪਿਆ ਅਤੇ ਸਾਡੀ ਕੌਮ ਦੇ ਸਰਲਬ ਜਰਨੈਲ ਸਾਡੇ ਹੱਥੋਂ ਖੋਏ ਗਏ, ਉਸ ਦੇ ਨਾਲ ਕੋਈ ਨਹੀਂ ਕੌਮ ਮਰੀ ਪਹਿਲਵਾਨ ਔਰ ਇਹਨੇ ਉਹ ਦਿਹਾੜੇ ਦੇਖੇ ਨੇ ਜਦੋਂ 30,000 ਸਿੰਘ ਇਕੱਲੇ ਇਕੱਲੇ ਦਿਨ ਸ਼ਹੀਦ ਹੋਏ। ਲੇਕਿਨ ਇੱਕ ਇਤਿਹਾਸਕ ਸੱਚਾਈ ਇਹ ਹੈ ਕਿ ਸ਼ਹੀਦ ਦਾ ਖੂਨ ਕਦੇ ਵੀ ਜ਼ਾਇਆ ਨਹੀਂ, ਬਸ਼ਰਤੇ ਕਿ ਸ਼ਹੀਦ ਦਾ ਖੂਨ ਹੋ। ਕੱਲ ਜਿਹੜੀ ਸ਼ਹੀਦੀ ਹੋਈ ਹੈ ਜਿਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਦੇਖੀ ਉਹ ਜਾਣਦੇ ਨੇ ਕਿ ਪੁਰਾਣੀ ਸਿੱਖ ਹਿਸਟਰੀ ਅਤੇ ਖਾਲਸੇ ਮੌਤ ਨੂੰ ਜਿਹਾਣ ਚੱਲੇ ਨੇ ਔਰ ਸ਼ਹੀਦੀ ਦਾ ਜਾਮ ਪੀਣ ਚੱਲੇ ਨੇ। ਉਹਨਾਂ ਸਿੰਘਾਂ ਨੇ ਤਾਜ਼ਾ ਕਰ ਵਿਖਾਈ ਕਿਸ ਤਰ੍ਹਾਂ ਵਧੀਆਂ ਗੋਲੀਆਂ ਦੇ ਸਾਹਮਣੇ ਉਹ ਸਿੱਖ ਸਾਬਤ ਕਦਮ ਹੋ ਕੇ ਅੱਗੇ ਵੱਧਦੇ ਨੇ। ਔਰ ਨਿਸ਼ਾਨਾ ਕੇਵਲ ਇੱਕ ਸੀ, ਕੋਈ ਵਿਜਾਈ ਦੀ ਲੋੜ ਨਹੀਂ ਸੀ, ਕੋਈ ਕਿਸੇ ਦੀ ਤਜਬਰਦੀ ਨਹੀਂ ਸੀ, ਨਿਸ਼ਾਨਾ ਇੱਕ ਸੀ, ਗੁਰਕੀ ਨਿੰਦਾ ਸੁਣੇ ਨਾ ਖਾਂ। ਖਾਲਸਾ ਜੀ, ਇੱਕ ਗੱਲ ਇਨਸਾਨ ਨੂੰ ਧਨ ਵੀ ਪਿਆਰਾ, ਇਨਸਾਨ ਨੂੰ ਪਰਿਵਾਰ ਵੀ ਪਿਆਰਾ, ਇਨਸਾਨ ਨੂੰ ਆਪਣਾ ਤਨ ਵੀ ਪਿਆਰਾ, ਪਰ ਤਨ ਨੂੰ ਇੱਕ ਮੂਲੀ ਜਿਹਾ ਇਨਸਾਨ ਆਪਣੀ ਅਣਖ ਵਾਸਤੇ ਵਾਰ ਦਿੰਦਾ। ਖਾਲਸਾ ਜੀ, ਸਿੱਖ ਕੌਮ ਬੜੀ ਅਣਖੀਲੀ ਕੌਮ ਹੈ, ਇਹਦੀ ਅਣਖ ਨੂੰ ਜਦੋਂ ਵੀ ਕਿਸੇ ਵੰਗਾਰਿਆ ਇਹਨੇ ਉਸਦੀ ਵੰਗਾਰ ਨੂੰ ਕਬੂਲ ਕੀਤੀ, ਪਰ ਜਦੋਂ ਇਹਦੇ ਇਸ਼ਕ ਦੀ ਅਣਖ ਨੂੰ ਵੰਗਾਰਿਆ ਗਿਆ ਇਹਨੇ ਕਦੀ ਵੀ ਇਸ ਚੀਜ਼ ਤੋਂ ਗੁਰੇਜ਼ ਨਹੀਂ ਕੀਤਾ। ਗਿਆ ਤਨ ਲੱਗ ਜਾਏ, ਮਨ ਲੱਗ ਜਾਏ, ਤਨ ਲੱਗ ਜਾਏ। ਅਸੀਂ ਦੇਖਦੇ ਹਾਂ ਕਿ ਇੱਕ ਇੱਕ ਜੀਵ ਨਾਲ ਸਾਰਾ ਸਾਰਾ ਪਰਿਵਾਰ ਜਿਹੜਾ ਹੈ ਉਹ ਚੱਲ ਰਿਹਾ। ਜਿਹੜੇ ਪਰਿਵਾਰਾਂ ਦੇ ਸਿੰਘ ਸ਼ਹੀਦ ਹੋ ਗਏ ਨੇ ਉਹ ਪਰਿਵਾਰ ਉਹਨਾਂ ਦੀ ਸਰਪ੍ਰਸਤੀ ਤੋਂ ਸੰਜੇ ਹੋ ਗਏ। ਪਰ ਖਾਲਸਾ ਜੀ, ਕੌਮ ਵਾਸਤੇ ਮਰਨ ਵਾਲੇ, ਸ਼ਹੀਦ ਹੋਣ ਵਾਲੇ ਇਹੋ ਜਿਹੇ ਸਰਲਬ ਸੂਰ ਨੇ ਵੀ ਕਦੀ ਕਦੀ ਹੀ ਕੌਮ ਨੇ ਜਨਮ ਦਿੱਤਾ ਇਹੋ ਜਿਹੇ ਆਦਮੀਆਂ। ਔਰ ਅਖੰਡ ਕੀਰਤਨੀ ਜਥੇ ਨੂੰ ਮਾਣ ਇਸ ਗੱਲ ਦੇ ਉੱਤੇ ਕਿ ਉਸਦੇ ਸੂਰਬੀਰ ਸਿੰਘਾਂ ਨੇ ਪੁਰਾਣੀ ਸਿੱਖ ਇਤਿਹਾਸ ਨੂੰ, ਸਿੱਖ ਰਵਾਇਤ ਨੂੰ ਫਿਰ ਤਾਜ਼ਾ ਕੀਤਾ। ਔਰ ਇਹਦੇ ਨਾਲ ਸਿੱਖੀ ਦੇ ਵਿੱਚ ਇੱਕ ਨਵਾਂ ਮੋੜ ਆਇਆ। ਅਸੀਂ ਦੇਖਦੇ ਹਾਂ ਕਿ ਇਸ ਮਾਮਲੇ ਉੱਤੇ ਤੇ ਸਾਡੀ ਇਹਨਾਂ ਨਰਦਕਾਰੀਆਂ ਦੀ ਜੋ ਸਿੱਖੀ ਦੇ ਵਿਰੁੱਧ ਸਰਗਰਮੀਆਂ ਚੱਲ ਰਹੀਆਂ ਨੇ, ਇਸ ਬਾਰੇ ਸਿੱਖੀ ਦਾ ਕੀ ਨਜ਼ਰੀਆ, ਸਿੱਖਾਂ ਦਾ ਕੀ ਨਜ਼ਰੀਆ ਇਸ ਸਿਲਸਿਲੇ ਦੇ ਵਿੱਚ? ਅਗਵਾਈ ਦੇਣੀ ਬਣਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿਉਂਕਿ ਸਾਡੀ ਸੁਪਰੀਮ ਬਾਣੀ। ਪਰ ਜਦੋਂ ਖਾਲਸਾ ਜੀ ਖੁਦਗਰਜੀ ਚ ਪੈ ਗਏ, ਕੁਰਸੀਆਂ ਦੇ ਚਸਕੇ ਵਿੱਚ ਪੈ ਗਏ, ਅਣਗਹਿਲੀ ਔਰ ਸੁਸਤੀ ਵਿੱਚ ਪੈ ਗਏ, ਕੌਮ ਦੀਆਂ ਜ਼ਿੰਮੇਵਾਰ ਸੰਸਥਾਵਾਂ ਜਾਂ ਕਮਜ਼ੋਰ ਹੋ ਜਾਂਦੀਆਂ ਨੇ ਜਾਂ ਅਣਗਹਿਲ ਹੋ ਜਾਂਦੀਆਂ ਨੇ, ਤੇ ਕੌਮ ਦੀ ਵਾਗਡੋਰ ਜ਼ਿੰਮੇਵਾਰ ਆਦਮੀਆਂ ਨੂੰ, ਜਿਹੜਾ ਜ਼ਿੰਮੇਵਾਰ ਅਨਸਰ ਹੁੰਦਾ ਸਿੱਖ ਕੌਮ ਦਾ, ਉਹਨੂੰ ਆਪਣੇ ਹੱਥ ਵਿੱਚ ਲੈਣੀ ਪੈਂਦੀ। ਅਸੀਂ ਕੋਈ ਇਸ ਕੰਮ ਦੇ ਵਿੱਚ ਮੂੰਹ ਗੋਰੀ ਨਹੀਂ ਕੀਤੀ, ਤੇ ਕਿਸੇ ਦੀ ਸ਼ਕਤੀ ਨੂੰ ਅਸੀਂ ਜਾਇਜ਼ ਕੀਤਾ ਹੋਵੇ ਜਾਂ ਆਪ ਉਦਰਾਪਣ ਕੀਤਾ ਹੋਵੇ, ਬਿਲਕੁਲ ਨਹੀਂ। ਅਸੀਂ ਇਹਨਾਂ ਦੀ ਅਗਵਾਈ ਮੰਨਦੇ ਆਏ ਹਾਂ, ਫਿਰ ਵੀ ਮੰਨਦੇ ਹਾਂ ਕਿ ਇਸ ਕੰਮ ਦੇ ਵਿੱਚ ਕੌਮ ਦੀ ਅਗਵਾਈ ਕਰੋ, ਕੋਈ ਨਿਰਣਾ ਲਓ ਕਿ ਸਿੱਖ ਕੌਮ ਨੇ ਕਿਹੜੇ ਰਾਹ ਚੱਲਣਾ। ਪਰ ਯਕੀਨਨ ਜਦੋਂ ਵੀ ਕੋਈ ਸਿੱਖ ਦੀ ਅਣਖ ਨੂੰ ਵੰਗਾਰੇਗਾ ਔਰ ਇਹ ਲੋਕੀ ਕੁਰਸੀਆਂ ਤੇ ਸੁੱਤੇ ਰਹਿਣਗੇ, ਯਕੀਨਨ ਇਹਨਾਂ ਦੀਆਂ ਕੁਰਸੀਆਂ ਵੀ ਸੇਫ ਨਹੀਂ। ਸਿੱਖ ਕੌਮ ਉਸ ਬਹੁਮਤੀ ਦਾ, ਅਰਥ ਦੇ ਚੈਲੰਜ ਦਾ ਡਟ ਕੇ ਟਾਕਰਾ ਕਰੇਗੀ ਔਰ ਕਰਦੀ ਰਹੇਗੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਸੀਂ ਦੇਖਦੇ ਹਾਂ
ਕਿ ਆਜ਼ਾਦ ਹਿੰਦੁਸਤਾਨ ਦੇ ਵਿੱਚ ਭਰਵਾਈ ਰੱਬ ਦੀ ਗੁਰੂ ਗ੍ਰੰਥ ਸਾਹਿਬ ਦੀ ਖੁੱਲਣ ਖੁੱਲਾ ਤੋਹੀਨ ਆਜ਼ਾਦ ਹਿੰਦੁਸਤਾਨ ਦੇ ਵਿੱਚ ਬੇਅੰਤਵਾਈ ਕੀਤੀ ਗਈ। ਸਮਝ ਨਹੀਂ ਆਉਂਦੀ ਗੁਰੂ ਗ੍ਰੰਥ ਸਾਹਿਬ ਨੇ ਇਹਨਾਂ ਕੀ ਸਮਝਿਆ ਹੈ, ਔਰ ਸਮਝ ਨਹੀਂ ਆਉਂਦੀ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਕੀ ਪਾਸ ਹੈ ਆਪਣੀ ਅਣਖ ਇੱਜ਼ਤ ਦਾ ਆਪਣੇ ਇਸ਼ਕਾ ਇਨਸਾਨ ਦੇ ਵਿੱਚ ਜਿਹੜੇ ਇਨਸਾਨ ਚ ਬਲਣਾ ਨਹੀਂ, ਜਿਹੜੇ ਇਨਸਾਨ ਦੇ ਵਿੱਚ ਅਣਖਹੀਨਤਾ ਆ ਗਈ ਹੈ ਉਹ ਕੌਮਾਂ ਦੀ ਗੱਡੀ ਜਿੰਦਾ ਨਹੀਂ ਰਹਿ ਸਕਦੀ। ਤੋ ਅਸੀਂ ਦੇਖਿਆ ਹੈ ਇੱਕ ਦੁਰਗਾਈ ਕਾਂਡ ਇਸ ਦੇ ਨਾਲ ਅਸੀਂ ਇਹ ਵੀ ਚਾਹਵਾਂਗੇ ਕਿ ਸਾਡੇ ਸੂਰਬੀਰ ਸਰਲਭ ਸਿੰਘ ਸ਼ਹੀਦੀਆਂ ਪਾ ਗਏ, ਲੇਕਿਨ ਖਾਲਸਾ ਜੀ ਸਾਡੇ ਵਾਸਤੇ ਬਾਇਸ ਸ਼ਰਮ ਨਾਲ ਇਹ ਇੱਕ ਗੁਰਮਤਾ ਸਿੱਖ ਸੰਗਤਾਂ ਵੱਲੋਂ ਇਹ ਲਿਖਿਆ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ। ਜਿਸ ਜਿਸ ਤਰ੍ਹਾਂ ਤੁਸੀਂ ਅਗਵਾਈ ਬਖਸ਼ੋਗੇ ਉਸ ਉਸ ਤਰ੍ਹਾਂ ਇਸਦਾ ਸੰਪੂਰਨ ਰੂਪ ਕਰਕੇ ਜਿਹੜੀਆਂ ਜਿਹੜੀਆਂ ਪਾਰਟੀਆਂ ਇਸ ਕੇਸ ਵਿੱਚ ਇਨਵਾਲਵ ਨੇ ਉਹਨਾਂ ਨਾਲ ਨਜਿੱਠਣ ਦਾ ਕੁਛ ਉਪਰਾਲਾ ਕਰ। ਜਿਹੜੇ ਹਾਲਾਤ ਨੇ ਉਹ ਵੀਰ ਜੀ ਨੇ ਕੁਛ ਤੁਹਾਨੂੰ ਦੱਸੇ ਨੇ ਵੀ ਉੱਥੇ ਕੀ ਕੁਛ ਹੋਇਆ, ਕਿਸੇ ਤਰ੍ਹਾਂ ਵਰਤਿਆ। ਇਹ ਵੀਰ ਜੀ ਉਸ ਮਾਮਲੇ ਦੀ ਕਿਸ਼ਤ ਹੈ ਜਿਹੜੀ ਮੈਂ ਆਪਦੇ ਸਾਹਮਣੇ ਪੇਸ਼ ਕਰਦਾ। ਸੰਸਾਰ ਭਰ ਦੀਆਂ ਸਾਰੀਆਂ ਸਿੱਖ ਸੰਗਤਾਂ ਲਈ ਇਹ ਬੜੇ ਖੇਡ ਦੀ ਖਬਰ ਹੈ ਕਿ ਰੀਤੀ 14-4-78 ਨੂੰ ਵਿਸਾਖੀ ਵਾਲੇ ਪਾਵਨ ਦਿਨ ਕਿਲ੍ਹਾ ਗੋਬਿੰਦਗੜ੍ਹ ਦੇ ਲਾਗੇ ਦਿਨ ਦਿਹਾੜੇ ਨਿਹੱਤੇ ਅਤੇ ਪੁਰ ਅਮਨ ਸਿੰਘਾਂ ਉੱਤੇ ਬੰਦੂਕਾਂ ਗੰਡਾਸਿਆਂ ਤੀਰ ਕਮਾਨਾਂ ਅਤੇ ਭਾਲਿਆਂ ਨਾਲ ਨਰਤਾਰੀਆਂ ਅਤੇ ਪੁਲਿਸ ਵੱਲੋਂ ਸਾਂਝਾ ਹਮਲਾ ਕੀਤਾ ਗਿਆ, ਜਿਸ ਦੇ ਫਲਸਰੂਪ ਹੁਣ ਤੱਕ 15 ਸਿੱਖ ਸ਼ਹੀਦ ਹੋ ਚੁੱਕੇ ਹਨ ਅਤੇ 70 ਕਾਰੀ ਜ਼ਖਮੀ ਹੋਏ ਹਸਪਤਾਲ ਵਿੱਚ ਦਾਖਲ ਹਨ, ਜਿਨ੍ਹਾਂ ਵਿੱਚੋਂ ਦੱਸਿਆ ਜਾਂਦਾ ਹੈ ਕਿ 20 ਸਿੰਘਾਂ ਦੀ ਹਾਲਤ ਖਤਰੇ ਤੋਂ ਖਾਲੀ ਨੇ। ਤੇ ਅਕਾਲੀ ਜਨਤਾ ਸਰਕਾਰ ਦੀ ਹਕੂਮਤ ਵਿੱਚ ਸਿੰਘਾਂ ਨਾਲ ਕਹਿਰ ਦਾ ਵਰਤਾਰਾ ਵਰਤਿਆ ਹੈ ਜਿਸਨੇ ਜਲਿਆਂ ਵਾਲੇ ਬਾਗ ਦਾ ਖੂਨੀ ਸਾਕਾ ਫਿਰ ਕਰਾ ਦਿੱਤਾ ਹੈ। ਸਰਬਿੰਦ ਅਖੰਡ ਕੀਰਤਨੀ ਜਥੇ ਦੇ ਵਾਰਸ਼ਿਕ ਸਮਾਗਮ ਵਿੱਚ ਭਾਰਤ ਵਰਸ਼ ਦੇ ਵੱਖ ਵੱਖ ਸੂਬਿਆਂ ਵਿੱਚੋਂ ਇਕੱਤਰ ਹੋਏ ਸਿੰਘਾਂ ਨੇ ਰਹਿਣ ਸਵਾਈ ਕੀਰਤਨ ਦੇ ਭੋਗ ਮਗਰੋਂ ਸੰਗਤ ਰੂਪ ਵਿੱਚ ਹੇਠ ਲਿਖੇ ਗੁਰਮਤੇ ਸਿੱਧ ਪਹਿਲਾਂ ਨਰ ਤਾਰੀਆਂ ਨੇ ਗੋਲੀ ਆਪਣੇ ਆਗੂ ਗੁਰਮਤਨ ਸਿੰਘ ਦੇ ਹੁਕਮ ਦੇਣ ਤੇ ਚਲਾਈ, ਜਿਸ ਕਾਰਨ ਉਹ 20 ਸਿੰਘਾਂ ਦੀ ਸ਼ਹੀਦੀ ਅਤੇ 70 ਸਿੰਘਾਂ ਦੇ ਫਤਿਹ ਹੋਣ ਦਾ ਮੁਜਰਮ ਇਸ ਮੁਜਰਮ ਨੂੰ ਤੁਰਤ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਇਤਨੀਆਂ ਵਡਬੁਲੀਆਂ ਹਸਤੀਆਂ ਦਾ ਖੂਨ ਕਰਵਾਉਣ ਵੱਲੋਂ ਇਸ ਦੋਸ਼ੀ ਨੂੰ ਸੁਕਾਇਆ ਜਾਣ ਦਿੱਤਾ ਜਾਵੇ। ਉਹ ਵੱਡਾ ਕਾਤਲ ਹੋ ਕੇ ਵਰਤਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕੱਲ ਮੌਕੇ ਤੇ ਉਸਨੂੰ ਗੋਲੀ ਚਲਾਉਣ ਵਾਲੇ ਸਾਥੀਆਂ ਨੂੰ ਕਿਉਂ ਗ੍ਰਿਫਤਾਰ ਨਹੀਂ ਕੀਤਾ ਗਿਆ ਕਿ ਉਹ ਅਤੇ ਉਸਦੇ ਸਾਥੀ ਭਾਰਤੀ ਕਾਨੂੰਨ ਦੀ ਪਕੜ ਤੋਂ ਬਾਹਰ ਹੈ। ਦੂਸਰਾ, ਸਾਰੇ ਮਾਮਲੇ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿੱਜੀ ਤੌਰ ਤੇ ਅਤੇ ਪੰਜਾਬ ਸਰਕਾਰ ਵੱਲੋਂ ਆਪਣੇ ਤੌਰ ਤੇ ਸਪੈਸ਼ਲ ਕਮਿਸ਼ਨ ਦੁਆਰਾ ਸਾਰੇ ਮਾਮਲੇ ਦੀ ਤਫਤੀਸ਼ ਕਰਵਾਈ ਜਾਵੇ ਤੇ ਦੋਸ਼ੀਆਂ ਨੂੰ ਅਜਿਹਾ ਦੰਡ ਦਿਵਾਇਆ ਜਾਵੇ ਕਿ ਐਸੇ ਰਾਖਸ਼ਾਂ ਲਈ ਜੋ ਨਮੂਨੇ ਦਾ ਹੋਵੇ ਅਤੇ ਉਹ ਕਦੀ ਵੀ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀਆਂ ਨਕਲਾਂ ਉਤਾਰ ਉਤਾਰ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦੁਕਾਨਦਾਰੀ ਤੇ ਬੇਅਦਬੀ ਕਰਕੇ ਸਿੱਖਾਂ ਦਾ ਮਾਹੌਲ ਨਾ ਉਡਾ ਕੇ ਆਪਣਾ ਗੁਰਦੁਆਰਾ ਚਲਾ ਸਕਣ। ਤੀਸਰਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸਿੱਖ ਸੰਗਤਾਂ ਮੰਗ ਕਰਦੀਆਂ ਹਨ ਕਿ ਉਹ ਨਰਕਾਰੀਆਂ ਦੀਆਂ ਸਿੱਖ ਧਰਮ ਦੇ ਵਿਰੁੱਧ ਸਰਗਰਮੀਆਂ ਬਾਰੇ ਆਪਣਾ ਅੰਤਮ ਨਿਰਣਾ ਲੈ ਕੇ ਸ਼ਹੀਦਾਂ ਦੇ ਸੰਸਕਾਰ ਤੋਂ ਪਹਿਲਾਂ ਐਲਾਨ ਕਰਨ, ਤਾਂ ਕਿ ਸਿੱਖ ਸੰਗਤਾਂ ਦੇ ਦਿਲਾਂ ਨੂੰ ਧਰਵਾਸ ਵੱਜੇ ਕਿ ਉਹ ਕੁਰਬਾਨੀਆਂ ਅਜਾਈ ਨਹੀਂ ਜਾਣਗੀਆਂ ਅਤੇ ਇਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਤੇ ਸਿੱਖ ਸੰਗਤਾਂ ਦਾ ਵਿਸ਼ਵਾਸ ਵਧਿਆ ਹੈ। ਹਾਂ, ਜੇ ਕੋਈ ਹੋਰ ਗੁਰੂ ਕਾ ਪਿਆਰਾ ਆਪਣੀਆਂ ਸੇਵਾਵਾਂ ਪੇਸ਼ ਕਰਨਾ ਚਾਹੇ ਇਸ ਕਾਰਜ ਲਈ ਉਹ ਦਸਾਂ ਕਿਰਪਾ ਕਰਕੇ ਆਪਣਾ ਨਾਮ ਲਿਖਾ ਲਓ। ਹੁਣ ਗੱਲ ਇਹ ਫਰਕ ਹੈ ਜੀ, ਇੱਕ ਇਸ ਤੋਂ ਮਗਰੋਂ
ਉਹਨਾਂ ਗੁਰੂ ਪਿਆਰਿਆਂ ਦਾ ਪੋਸਟਮਾਰਟਮ ਅਸੀਂ ਕੋਸ਼ਿਸ਼ ਕੀਤੀ ਹੈ ਕਿ ਇੱਕ ਡਾਕਟਰ ਬਿਨਾਂ ਹੀ ਨਹੀਂ ਬਲਕਿ ਬੋਰਡ ਬਿਨਾਂ ਹੀ ਹੋ ਸਾਡੀ ਇਹ ਮੰਗ ਕਰਵਾਉਣ ਕਰ ਦੇ ਲਈ ਹੈ ਔਰ ਉਹਨਾਂ ਦਾ ਪੋਸਟਮਾਰਟਮ ਇੱਕ ਬੋਰਡ ਵੱਲੋਂ ਹੋਏਗਾ ਇਹਦੇ ਵਿੱਚ ਬਹੁਤ ਸਾਰੇ ਡਾਕਟਰ ਹੋਣ ਤਾਂ ਕਿ ਇਸ ਮਾਮਲੇ ਦੀ ਕੋਈ ਗੱਲ ਸੁਭਾਈ ਨਾ ਜਾ ਸਕੇ ਹੁਣ ਅਸੀਂ ਇਸੇ ਤਰ੍ਹਾਂ ਖਾਲਸਾ ਜੀ ਮੇਰੀ ਇੱਕ ਬੇਨਤੀ ਜਿਹੜਾ ਇਸ ਪੰਡਾਲ ਤੋਂ ਕਿਧਰੇ ਜਾਏਗਾ ਮੇਰੀ ਜਵਾਨ ਸੰਗਤ ਦੇ ਰੂਪ ਵਿੱਚ ਆਪ ਨੂੰ ਬੇਨਤੀ ਕਰਦੀ ਹੈ ਕਿ ਇਸੋ ਕੋਈ ਆਦਮੀ ਆਪਣੇ ਆਏ ਜਾਂ ਆਪਣੇ ਕਾਰੋਬਾਰ 'ਤੇ ਨਾ ਜਾਏ ਜੇ ਅਸੀਂ ਜਾਂਦੇ ਹਾਂ ਜੇ ਕੋਈ ਸਾਡੇ ਚੌਕੇ ਦੇ ਹੋਰ ਥਾਵੇਂ ਆਪਣੇ ਕਾਰੋਬਾਰ ਵਿੱਚ ਚਲਾ ਜਾਂਦਾ ਹੈ ਤੇ ਜਿਹੜਾ ਜਾ ਰਿਹਾ ਇਹ ਸੰਗਤਾਂ ਨਾਲ ਸ਼ਹੀਦਾਂ ਨਾਲ ਔਰ ਗੁਰੂ ਪੰਥ ਨਾਲ ਕਰੋ ਕਰਵਾ ਮੇਰਾ ਖਿਆਲ ਹੈ ਕੋਈ ਵੀ ਨਹੀਂ ਇੱਥੋਂ ਆਪਣੇ ਕਿਸੇ ਕਾਰੋਬਾਰ ਵੱਲ ਨਹੀਂ ਜਾਂਦੀ ਦੂਸਰੀ ਗੱਲ ਇਸ ਤੋਂ ਮਗਰੋਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਾਨ ਵਿੱਚ ਜਾ ਕੇ ਬੈਠਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਇਸ ਵਾਸਤੇ ਮੈਂ ਕਹਿ ਰਿਹਾ ਜੀ ਕਿ ਕਿਉਂਕਿ ਇਹ ਸਾਡਾ ਮਸਲਾ ਵਿਰੋਧ ਧਰਮ ਇੱਕ ਗੱਲ ਮੈਂ ਦੱਸਣਾ ਚਾਹੁੰਦਾ ਕਿ ਅਖੰਡ ਕੀਰਤਨੀ ਜਗ੍ਹਾ ਇਹ ਨਹੀਂ ਕਿ ਅਸੀਂ ਪੋਲੀਟਿਕਸ ਛੱਡੀ ਹੋਈ ਹੈ ਪੋਲੀਟਿਕਸ ਤੇ ਧਰਮ ਨੂੰ ਨਹੀਂ ਅੱਗੇ ਨਿਖੇੜਿਆ ਜਾ ਸਕਦਾ ਅਸੀਂ ਜੇ ਕੋਈ ਪੋਲੀਟਿਕਸ ਛੱਡੀ ਹੋਈ ਹੈ ਤੇ ਇਹ ਛੱਡੀ ਹੋਈ ਹੈ ਕਿ ਅਸੀਂ ਚੌਧਰ ਨਹੀਂ ਚਾਹੁੰਦੇ ਅਸੀਂ ਕੁਰਸੀਆਂ ਨਹੀਂ ਚਾਹੁੰਦੇ ਅੱਜ ਜਿੱਥੋਂ ਤੱਕ ਸਾਡੇ ਨਾਲ ਨਿਆਂ ਦਾ ਸੰਬੰਧ ਹੈ ਸਾਡੇ ਨਾਲ ਕਿਸੇ ਦੀਆਂ ਵਿਰੋਧ ਸਰਗਰਮੀਆਂ ਦਾ ਸੰਬੰਧ ਹੈ ਅਸੀਂ ਬਿਲਕੁਲ ਨਹੀਂ ਬਰਦਾਸ਼ਤ ਕਰਾਂਗੇ ਅਸੀਂ ਜਿਉਂਦੀ ਜਾਗਦੀ ਕੌਮ ਹਾਂ ਧਰਮੀ ਆਦਮੀ ਦਾ ਮਤਲਬ ਹੁੰਦਾ ਜਿੱਥੇ ਧਰਮ ਨੂੰ ਕੋਈ ਆਂਝ ਆਉਂਦੀ ਹੋਵੇ ਉੱਥੇ ਉਹਦਾ ਸਰੀਰ ਲੱਗਦੇ ਤਨ ਲੱਗਦੇ ਮਨ ਲੱਗਦੇ ਉਹਨੇ ਕਦੀ ਵਿਰੋਧ ਨਹੀਂ ਕੀਤਾ ਤੇ ਮਤ ਕੋਈ ਖਿਆਲ ਕਰੇ ਕਿ ਇਹ ਧਰਮੀਆਂ ਦਾ ਟੋਲਾ ਇਹ ਕੀਰਤਨ ਕਰਨ ਵਾਲਿਆਂ ਦਾ ਵਾਹਿਗੁਰੂ ਵਾਹਿਗੁਰੂ ਕਹਿਣ ਵਾਲਿਆਂ ਦਾ ਟੋਲਾ ਇਹ ਸਿਰਲੱਖਾਂ ਦਾ ਟੋਲਾ ਹੈ ਇਹ ਮਰਨਾ ਵੀ ਜਾਣਦਾ ਇਹ ਮਾਰਨਾ ਵੀ ਜਾਣਦਾ ਚੇਤਾਵਨੀ ਦੇ ਕੇ ਗੱਲ ਕਰ ਅੱਜ ਤੋਂ ਮਗਰੋਂ
ਸਰਦਾਰ ਨੇ ਉਹਦੇ ਨਾਲ ਸਾਰੀ ਤਰ੍ਹਾਂ ਨਾ ਵਰਤਿਆ ਇਹ ਗੱਲ ਸਾਡੇ ਹੈਰਾਨੀ ਦੀ ਗੱਲ ਹੈ। ਆਜ਼ਾਦ ਹਿੰਦੁਸਤਾਨ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਇੱਕ ਵਾਰੀ ਨਹੀਂ ਅਨੇਕਾਂ ਵਾਰੀ ਰੱਖੀ ਹੈ। ਖਾਲਸਾ ਜੀ ਇਸ ਲਈ ਅਸੀਂ ਚਾਹੁੰਦੇ ਕਿ ਸਰਕਾਰ ਦੋਸ਼ੀਆਂ ਹਮੇਸ਼ਾ ਕਰੜੇ ਹੱਥਾਂ ਇਹ ਜੋ ਸਥਿਤੀਆਂ ਗਈਆਂ ਹਨ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿੱਚ ਜਾਣਾ ਹੈ। ਪੂਰੇ ਕਿਸੇ ਆਦਮੀ ਨੇ ਕੋਈ ਨਜਾਇਜ਼ ਹਰਕਤ ਨਹੀਂ ਕਰਨੀ, ਕੋਈ ਜਜ਼ਬਾਤ ਵਿੱਚ ਆ ਕੇ ਐਵੇਂ ਨਾਰਾਬਾਜ਼ੀ ਨਹੀਂ ਕਰਨੀ, ਔਰ ਅਮਨ ਤਰੀਕੇ ਨਾਲ ਅਸੀਂ ਉੱਥੇ ਜਾਣਾ ਹੈ ਔਰ ਅਮਨ ਤਰੀਕੇ ਨਾਲ ਅਸੀਂ ਸ਼ਹੀਦਾਂ ਦਾ ਜਲੂਸ ਕਰਕੇ ਉਹਨਾਂ ਦਾ ਸਤਿਕਾਰ ਕਰਨਾ। ਜਿਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜਾਂ ਅਧਿਕਾਰੀਆਂ ਨਾਲ ਕਿਸੇ ਕਿਸਮ ਦੀ ਕੋਈ ਗੱਲਬਾਤ ਚੱਲਦੀ ਹੋਏਗੀ, ਜ਼ਿੰਮੇਵਾਰ ਆਦਮੀਆਂ ਤੋਂ ਬਗੈਰ ਕਿਸੇ ਆਦਮੀ ਨੇ ਬੋਲਣ ਦੀ ਜਾਂ ਦਖਲਅੰਦਾਜ਼ੀ ਕਰਨ ਦੀ ਕਿਰਪਾ ਕਰਨਾ। ਇਹ ਬੇਨਤੀ ਹੈ, ਇਹ ਗੱਲਾਂ ਜਿਹੜੀਆਂ ਨੇ ਨਾ ਇਹਨਾਂ ਦਾ ਤਲਬ ਦੇਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਅਸੀਂ ਮੰਗ ਕਰ ਰਹੇ ਹਾਂ ਕਿ ਉਹ ਆਪਣੇ ਤੌਰ 'ਤੇ ਇੱਕ ਕਮਿਸ਼ਨ ਕਾਇਮ ਕਰਕੇ ਇੱਕ ਉਹ ਇਨਕੁਆਇਰੀ ਕਰਾਉਣ, ਇੱਕ ਸਰਕਾਰ ਆਪਣੇ ਤੌਰ 'ਤੇ ਕਮਿਸ਼ਨ ਮੁਕਰਰ ਕਰਕੇ ਫਿਰ ਇਨਕੁਆਇਰੀ ਉਸ ਇਨਕੁਆਇਰੀ ਦੇ ਜਿਹੜਾ ਆਦਮੀ ਦੋਸ਼ੀ ਸਾਬਤ ਹੋਵੇਗਾ ਉਹਦੇ ਨਾਲ ਸਾਡੇ ਉੱਤੇ ਇਸ ਗੱਲ ਦੀ ਤਾਂ ਹੋਏਗੀ ਤਾਂ ਇਹ ਤਾਂ ਆਪ ਕੱਲ੍ਹ ਪੁਲਿਸ ਨੇ ਕਿਹਾ ਹੈ, ਪੁਲਿਸ ਦੇ ਜ਼ਿੰਮੇਵਾਰ ਅਫਸਰਾਂ ਨੇ ਆਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੈਕਟਰੀ ਸ਼੍ਰੋਮਣੀ ਅਕਾਲੀ ਦਲ ਦਾ ਸੈਕਟਰੀ ਉਹਦੇ ਸਾਹਮਣੇ ਪੁਲਿਸ ਅਧਿਕਾਰੀਆਂ ਨੇ ਇਹ ਗੱਲ ਕਹੀ ਹੈ ਕਿ ਜੇ ਪੁਲਿਸ ਸਿੰਘ ਆਏ ਨੇ ਉਹਨਾਂ ਨੂੰ ਆਉਂਦਿਆਂ ਦੇਖ ਕੇ ਨਰਦਾਰੀਆਂ ਦਾ ਜਿਹੜਾ ਵਿਰੋਧ ਸੀ ਉਹ ਆਪਣੇ ਜਵਾਨ ਸਥਾਨ ਤੋਂ ਕੋਈ ਤਕਰੀਬਨ 100 ਗਜ਼ ਅੱਗੇ ਵੱਧ ਕੇ ਉਹਨਾਂ ਨੇ ਜਾ ਕੇ ਫਾਇਰ ਆਪ ਖੋਲ੍ਹੀ, ਇਹ ਗੱਲ ਉਹਨਾਂ ਨੇ ਮੰਨੀ।